Assalamu alaikum, Dazlo. Kya hal hai, Dazlo? Dazlin. Asi aaj aaj fresh doodh lena aaya. Aa dekho tusi. Thoda jehde karke dikhao bhai. Flavour doodh fresh farm to kadya hoya. Main tana kya hi baat hai. Tusi bhi aao. Fresh doodh laa ke enjoy karo. ਸਾਡੇ ਸਾਰੇ ਫਲੇਵਰ ਉਹ ਟਕੇ ਹੋਏ ਚਾਕਲੇਟ ਸਟ੍ਰਾਬਰੀ ਵਨੀਲਾ ਐਂਡ ਮਿੰਟ ਹੈ ਮਿੰਟ ਚਾਕਲੇਟ ਬਨਾਨਾ ਸਟ੍ਰਾਬਰੀ ਕਾਫੀ ਬਿਹਤਰ ਨਾ ਹਾਂ ਭਾਈ ਫਲੇਵਰ ਵਾਲਾ ਦੁੱਧ ਕੈਸਾ ਸਹੀ ਹੈ 10 out of 10 ਫਰੈਸ਼ ਦੁੱਧ ਤੁਸੀਂ ਪੀਤਾ ਭਾਜੀ ਪਲੇਨ ਦੁੱਧ ਚੰਗਾ ਲੱਗਾ ਤੁਹਾਨੂੰ ਦੁਬਾਰਾ ਹੋ ਗਿਆ ਦੁੱਧ ਲੈਣ ਚਲੋ ਸਹੀ ਹੋ ਗਿਆ ਭਾਅ ਜੀ ਇੰਗਲਿਸ਼ ਤੇ ਟਰਾਈ ਕਰਨਗੇ ਭਾਅ ਕਿਹੜਾ ਡਿਫਰੈਂਟ ਫਲੇਵਰ ਡੈਫੀਨਿਟਲੀ ਬਨਾਨਾ ਫਲੇਵਰ ਦੁੱਧ ਚੱਲ ਰਿਹਾ ਬਹੁਤ ਮਜ਼ਾ ਆ ਹਾਊ ਡਸ ਇਟ ਟੇਸਟ ਫਰੈਸ਼ ਦੁੱਧ ਦੀ ਕੀ ਬਾਤ ਹੈ ਫਲੇਵਰ ਦੇ ਨਾਲ ਜ਼ਿਆਦਾ ਮਜ਼ਾ ਆ ਰਿਹਾ ਬੱਚੇ ਵਾਸਤੇ ਫਲੇਵਰ ਵਾਸਤੇ ਬਹੁਤ ਚੰਗਾ ਹੈ ਨਾਈਸ ਹੈ ਹਾਂਜੀ ਜਿਹੜੇ ਬੱਚੇ ਦੁੱਧ ਨਹੀਂ ਪੀਂਦੇ ਨਾ ਉਹਨਾਂ ਨੂੰ ਫਲੇਵਰ ਦਿੰਦੇ ਹੋ ਪਰ ਕੋਈ ਨੀ ਜਿੰਨਾ ਕੁ ਬਿਸਮਿਲ੍ਲਾ ਸਾਨੂੰ ਜਗ੍ਹਾ ਦਾ ਪਤਾ ਅਸੀਂ ਉਹਨਾਂ ਦਿਖਾ ਦਿੰਦੇ ਥੈਂਕ ਯੂ ਤਾਂ ਤੁਸੀਂ ਆਪਣੀ ਫੈਮਿਲੀ ਲੈ ਕੇ ਯਾਰ ਦੋਸਤ ਲੈ ਕੇ ਆਓ ਦੁੱਧ ਸ਼ੁੱਧ ਲਈ ਸਿਰਫ ਇੱਕ ਇਹ ਜਗ੍ਹਾ ਦਾ ਨਾਂ ਹੈ ਬਸ ਇੱਕ ਛੋਟੀ ਜਿਹੀ ਡਿਸਅਪੁਆਇੰਟਮੈਂਟ ਹੈ ਕਿ ਗਾਵਾਂ ਨਹੀਂ ਉਹਨਾਂ ਲੈ ਕੇ ਆਏ ਇੱਥੇ ਦੁੱਧ ਵਾਲੇ ਆਟੇ ਜਿੱਦਾਂ ਜਿਹਾ ਦੁੱਧ ਦੁੱਧ ਵਾਲੇ ਨੇ ਇਹ ਸ਼ੈੱਡ ਬਣਿਆ ਇਹਨਾਂ ਦਾ ਕਾਫੀ ਵੀ ਨਾਲ ਵੇਚਦੇ ਤੁਸੀਂ ਆ ਕਾਫੀ ਵੀ ਪੀ ਸਕਦੇ ਹੋ ਪਿੱਛੇ ਬੂਟ 'ਚ ਨਾ ਰੱਖ ਲਈ ਇਹਨਾਂ ਬੂਟ 'ਚ ਰੱਖ ਲਓ